चार साढ़े चार बजे नाल असा इंतजार कर सा खैर अपने आरामे नाल आउन ब्रास सारे नाल कहन के जुलसा इंशाल्लाह किसी मोटरसाइकिल ने पंप देख पे नहीं होना यार पंप पूरा मोटरसाइकिल रे रे यार बिल्कुल बैठा जाए ये मुझे थोड़ी जैसा लाइव वीडियो बढ़ा रहे हैं आपने पेज पे ओ शफी शफी ओए वीडियो मजीब तुसा अपने बेलगाम फास्ट ते देख सो इंशाल्लाह बिल्कुल तैयार नजर पे आंदा माशाल्लाह बस देखो इस्मान भाई नेड़े तेरे दुकान कोई नहीं कोई भी नहीं माशाल्लाह शाम दे टाइम असन एक जलसा भी अटेंड करना है ते कोई दुकान होवे इथे नेड़े तेरे ते पंचर लाल किना नहीं करन ना खोती आई है बिल्कुल ना कुछ नहीं है खुदा देने वक्त तो नूर अस्सलाम वालेकुम आ गए हो माशाल्लाह नाले निकल सारे बुरी गल साढ़े चार का पक्का टाइम नहीं पीसा गल ठीक चल मेहरबानी
ਸਾਰਾ ਵਕਤ ਗੁਜ਼ਾਰਿਆ ਮਾਸ਼ਾ ਅੱਲਾ ਇਹ ਖਾਸ ਕਰ ਇਹ ਜਿਹੜਾ ਪੜ ਹੁੰਦਾ ਹੈ ਇਸ ਖੁੜਨਾ ਬੜਾ ਔਖਾ ਹੁੰਦਾ ਹੈ ਇਸ ਦੇ ਵਿੱਚ ਮਾਸ਼ਾ ਅੱਲਾ ਅਸਾਂ ਦੇ ਭਰਾ ਬੜੀ ਮਾਰਤ ਰੱਖਦੇ ਨੇ ਇਹ ਜ਼ੋਰੇ ਦਾ ਕੰਮ ਨਹੀਂ ਹੁੰਦਾ ਇਹ ਟੈਕਨੀਕ ਦਾ ਕੰਮ ਹੁੰਦਾ ਇਹ ਅਸਾਂ ਦੇ ਮਲਕ ਭਰਾ ਵੀ ਕੋਲ ਬੈਠੇ ਦੇ ਨੇ ਇਹਨਾਂ ਨੇ ਵੀ ਥੋੜ੍ਹੀ ਦੇਰ ਪਹਿਲੇ ਆਪਣੀ ਟੈਕਨੀਕ ਅਜ਼ਮਾਈ ਹੈ ਪਰ ਪੜ ਇੱਕ ਵੀ ਇਹਨਾਂ ਕੋਲੋਂ ਨਹੀਂ ਕੱਪੜ ਹੋਇਆ ਇਹ ਅਸਾਂ ਦੇ ਇਲਾਕੇ ਦਾ ਜੰਗਲੀ ਤੂਹ ਤੇ ਮਾਸ਼ਾ ਅੱਲਾ ਰਤੇ ਰਤੇ ਡੋਡੇ ਲੱਗੇ ਤੇ ਤੁਸੀਂ ਪੈਸੇ ਹੀ ਆਉਂਦੇ ਨੇ ਇਸ ਨਾਲ ਬਾਰਿਸ਼ ਨੀ ਆਨੇ ਚੌਸੇ ਦਿਨ ਨਜ਼ਰ ਆ ਬੂਟੇ ਨੂਰ ਅੱਲਾ ਪਾਕ ਬਾਰਿਸ਼ ਦਿਓ ਨੂਰ ਦਿਓ ਧੂੜ ਦੇਖੋ ਕਿਤਨੀ ਹੈ ਪਿੰਡੀ ਵੀ ਆਉਂਦੀ ਹੈ ਲਾਹੌਰ ਵੀ ਆਉਂਦੀ ਹੈ ਕਰਾਚੀ ਵੀ ਆਉਂਦੀ ਹੈ ਖਲਤੀ ਦੀ ਵਿਚਾਰੀ ਪਿੱਛੇ ਜੀ ਬਿਲਕੁਲ ਬਲੋ ਮੇਰੀ ਤੇ ਜਾਨ ਹੀ ਸੁਰਾ ਵੀ ਨਹੀਂ ਆਈ ਪਰ ਖੋਤੀ ਗਾਇਬ ਹੋ ਗਈ ਅੱਲਾ ਖੈਰ ਕਰ ਸੀ ਮਲੋਕ ਅੱਲਾ ਖੈਰ ਕਰੇ ਇਨਸ਼ਾਅੱਲਾ ਅੱਲਾ ਪਾਕ ਸਾਰਿਆਂ ਨੂੰ ਸਿਹਤ ਦਿਓ ਅੱਲਾ ਪਾਕ ਹਰ ਬਿਮਾਰ ਆ ਸ਼ਿਫਾ ਦਿਓ ਸਾਰਾ ਮਸਲਾ ਜੀ ਕਿ ਗ੍ਰਾਂਡ ਹੈ ਸਾਡਾ ਪਾਣੀ ਹੋਵੇ ਪਾਣੀ ਦੂਆ ਕੰਮ ਮੈਡੀਕਲ ਸਟੋਰ ਮੈਡੀਕਲ ਸਟੋਰ ਹੋਵੇ ਹਾਂਜੀ ਇਨਸ਼ਾਅੱਲਾ ਮਲੋਕ ਨਕੇਲੇ ਨੇ ਖੋਲੇ ਦਿਆ ਨਾ 6 ਲੱਖ ਜੁਰਮਾਨਾ ਹੋਇਆ ਇਸ ਨਾ ਉਹ ਭੈਣ ਲੈਨੇ ਉਸ ਸਾਥੇ ਕਿ ਮੈਨੇ ਜੀਓ ਆਣੇ ਕਾਣਨੇ ਆ ਜੀਓ ਆਣਲੇ ਕਾਣਨੇ ਮੈਂ ਤੁਸਾਂ ਆਖੀ ਆ ਨਾ ਤੁਸਾਂ ਨੇ ਖਾ ਮੁਖਾ ਨਿਆ ਬਲੰਗ ਕਹਿਣਾਂਦਾ ਨਿਆ ਬਲੰਗ ਹਾਂ ਨਾ ਮੇਰੀ ਗਲਤੀ ਹੋ ਗਈ ਨਿਆ ਬਲੰਗ ਕਦੀ ਵੀ ਤੁਸਾਂ ਦਰਖਾਸਤ ਨਾ ਦਿਓ ਤੁਸਾਂ ਨੇ ਜੀਓ ਦੀ ਦਰਖਾਸਤ ਦੇਣੀ ਹੈ ਜੀ ਮੈਡੀਕਲ ਸਟੋਰ ਦਾ ਉਹ ਸਟੋਰ ਨਾਲ ਕੰਮ ਦਾ ਬੂਟਾ ਹੋਵੇ ਹਾਂ
ਲੋਕਾਂ ਨਾਲ ਦੰਦਾਸਾ ਦੰਦਾਸਾ ਵੀ ਦਿਓ ਤਮੜੇ ਦਾ ਬੂਟਾ ਹੋਵੇ ਤਮੜੇ ਦਾ ਦੰਦਾਸਾ ਦਿਓ ਪਾਣੀਆਂ ਵੀ ਥੋੜਾ ਕਥੋਂ ਸਜਾ ਦਾ ਹੋਵੇ ਸਜੇ ਦਾ ਹੋਵੇ ਨਗਰੀ ਤੇ ਸਲਾਟਾ ਜਾਣੇ ਕੋਲ ਹੋਵੇ ਉਸ ਦੀ ਛਲੇਹੀ ਤੇ ਮੈਂ ਤਾਂ ਜਿਗਰ ਵਾਵਾ ਸਾਫ ਕਰੇ ਮਾਸ਼ਾ ਅੱਲਾਹ ਇੱਕ ਸਾਲ ਤਮੜੇ ਜੋੜ ਦੇਣੀਆਂ ਨਾਲ ਡੋਡੀਆਂ ਵੀ ਲੱਗਦੀਆਂ ਉਹ ਵੀ ਕੁੱਟੋ ਸਹੀ ਆਗਦੇ ਵੱਲ ਉਹ ਤੋਂ ਕਲਕੰਦੋਲ ਹੋਵੇ ਸਾਰੇ ਜੁਲਸਨ ਸ਼ਾਦੀ ਜੀ ਕੋਲ ਅਜੂ ਜੀ ਜਰਾ ਗੱਪ ਸ਼ਾਪ ਹੋਏ ਜੁਲਸੀ ਇਨਸ਼ਾ ਅੱਲਾਹ ਤਾਲਾ ਆਓ ਜੀ ਸ਼ਵੀ ਦਾ ਮੋਟਰਸਾਈਕਲ ਚਲਾ ਸੀ ਮੇਰਾ ਮਰੋੜੇ ਦਾ ਰੋਣਾ ਜੀ ਅਸਾਂ ਮੇਰੀ ਜੱਖੀਆਂ ਵਿੱਚ ਉਸਾਂ ਨੇ ਉੱਥੇ ਆਉਣਾ ਜਲਸੇ ਤੋਂ ਬਾਅਦ ਹਾਂ ਨਾ ਮੈਂ ਬਿਲਕੁਲ ਇੱਥੇ ਬੈਠੇ ਨੇ ਦਮਾ ਵੀ ਕਰਦੇ ਨੇ ਮਾਸ਼ਾ ਅੱਲਾਹ ਮਾਸ਼ਾ ਅੱਲਾਹ ਇੱਕੜੇ ਪਾਸੋਂ ਵੀ ਬਾਦਲ ਆਉਂਦੇ ਨੇ ਸ਼ਵੀਗਰ ਮਾਸ਼ਾ ਅੱਲਾਹ ਜੁਲਦੇ ਨੇ ਬਿਲਕੁਲ ਜੁਲਦੇ ਨੇ ਮਗਰ ਪਿੱਛੋਂ ਬਾਦਲ ਆਉਂਦੇ ਨੇ ਇਨਸ਼ਾ ਅੱਲਾਹ ਇਹ ਬਾਰਿਸ਼ ਹੋ ਸੀ ਟੋਡੇ ਪੱਕੇ ਨੇ ਪਰ ਖਤਮ ਹੋ ਗਏ ਮੁਝੇ ਖਤਮ ਹੋ ਗਏ ਬਿਲਕੁਲ ਗਹਿੰਦੀ ਉਹ ਪਰਲੇ ਪਾਸੇ ਭੇਜ ਦੀਏ ਖਲੋ ਮੈਂ ਕੈਮਰੇ ਨਾਲ ਅੰਗੂਠਾ ਅੱਗੇ ਖੜ ਸਕ ਕਿੱਥੇ ਭੇਜ ਦੀਏ ਮੈਂ ਨਾਜ਼ਰੀ ਨਾਲ ਦੱਸਣਾ ਇਹਦੇ ਕਹਿੰਦੀ ਪੇ ਦੀ ਹੈ ਇਹ ਡੰਡਾ ਪੇਦਾ ਨੇ ਦੇਖੋ ਲਵੀ ਇਹ ਆਲੀ ਅੰਗੂਠੇ ਨਾਲ ਸਹੀ ਆਉਂਦੀ ਜੀ ਕੁੱਟ ਮਾਸ਼ਾ ਅੱਲਾਹ ਜੀ ਮਾਸ਼ਾ ਅੱਲਾਹ ਇਹ ਮਾਸ਼ਾ ਅੱਲਾਹ ਅਸਾਂ ਦੇ ਦਰਜ਼ਮਾਨ ਭਾਈ ਉਹਨਾਂ ਦੀ ਕੁਛ ਨਹੀਂ ਹੈ ਮਾਸ਼ਾ ਅੱਲਾਹ ਮਜ਼ਹਰ ਸਾਹਿਬ ਉਹਨਾਂ ਦੀ ਮਾਸ਼ਾ ਅੱਲਾਹ ਤੁਸੀਂ ਦੇਖ ਸਕਦੇ ਹੋ ਛਾਵਾਂ ਤੇ ਖਲਤੀ ਦੀ ਉਹ ਖਾਲੇ ਮੋਬਾਈਏ ਦਾ ਗ੍ਰਾਂ ਸੁਣਿਆ ਸੀ ਅਸਾਂ ਅਲਹਮਦੁਲਿਲਾਹ ਇਹਨਾਂ ਉੱਤੇ ਅਸਾਂ ਜੰਦਲ ਵੀ ਜੁਲਦੇ ਰਹੇ ਹਾਂ ਲੇਕਿਨ ਹੁਣ ਮਾਸ਼ਾ ਅੱਲਾਹ ਇਹ ਜੰਦਲ ਜੁਲਣੇ ਦੀ ਪੋਜੀਸ਼ਨ ਪੇ ਨਹੀਂ ਦੇਖੀਏ ਸੀ ਤੁਸਾਂ ਨੇ ਮਾਸ਼ਾ ਅੱਲਾਹ ਖੈਰ ਕਰੇ ਸੀ ਬਹਰਾਲ ਇਹ ਅਸਾਂ ਦੇ ਇਲਾਕੇ ਦੀਆਂ ਖੂਬਸੂਰਤੀਆਂ ਨਾਲ ਅਸਾਂ ਤੁਸਾਂ ਭਰਾਵਾਂ ਨੂੰ ਦੱਸਣੇ ਆ ਤੁਸਾਂ ਭਰਾਵਾਂ ਨਾਲ ਸ਼ੇਅਰ ਕਰਨੇ ਆ ਅਸਾਂ ਵੀ ਖੁਸ਼ੀ ਹੁੰਦੀ ਹੈ ਜਰਾ ਬੂਥਾ ਸੋ ਕਰੋ ਅੱਲਾਹ ਦੇ ਪਤਾ ਤੁਸਾਂ ਵੀ ਹੋੜਾ ਇੱਕ ਕਹਨੇ ਦੀ ਬਿਲਾਣੀ ਨਹੀਂ ਸੀ ਵੀ ਕਰੇ ਉਹ ਦੇਖ ਕਨੋ ਕੰਮ ਤੋਂ ਅੱਗੇ ਮੋੜ ਸੈਕ ਕੰਮ ਅੱਗੇ ਮੋੜ ਨਾਲੇ ਗੱਲ ਕਿਹੋ ਜਣਾ ਨਕੇਲ ਪਾਣੇ ਦੇ ਬਜਾਏ ਨਕੇ ਵੇ ਖੰਮ ਪਾ ਦੇ ਕੁੜੀ ਦਾ ਓ ਇਧਰ ਦੇਖੋ ਜੀ ਮਾਇ ਅੱਲਾਹ ਇਹ ਜ਼ੁਲਮ ਹੋਇਆ ਜੀ ਇਹ ਕੱਢਣਾ ਕਿਸੇ ਦਾ ਬੜੀ ਆਜਜ਼ ਮਸਕੀਨ ਜੀ ਮਖਲੂਕ ਹੈ ਜੀ ਇੱਕ ਕੱਢਣਾ ਬਸ ਅਮਨ ਬਾਈ ਕੋਲੋਂ ਥੋੜਾ ਇੰਟਰਵਿਊ ਕਰਵਾ ਕੇ ਹੱਥ ਨੇ ਖੋਦੀ ਦੇ ਮਤਲਬ ਤਿਮੂਰ ਖਾਨ ਜੀ ਸਿਗਨਲ ਸ਼ਾਰਟ ਨੂੰ ਨਾ
ਕੋਈ ਬੰਦਾ ਕਮਿਟਸ ਕਰਦਾ ਤਾਂ ਅਸਾਂ ਤੱਕ ਲੇਟ ਪਹੁੰਚਦੇ ਨੇ ਲੇਟ ਪਹੁੰਚਦੇ ਬਿਲਕੁਲ ਅਹਿਮਦ ਭਾਈ ਦਾ ਇੰਪੋਰਟੈਂਟ ਕਾਲ ਆ ਗਈ ਹੈ ਦੇਖ ਸਕਦੇ ਹੋ ਤੁਸੀਂ ਬਿਲਕੁਲ ਕਾਲ ਆ ਗਈ ਅਹਿਮਦ ਭਾਈ ਦਾ ਬਿਲਕੁਲ ਸ਼ੇਖ ਸਾਹਿਬ ਨੇ ਸੋਦੀਆ ਤੋਂ ਕਾਲ ਕੀਤੀ ਬਿਲਕੁਲ ਬਿਲਕੁਲ ਕਰੋ ਨਾ ਬਿਲਕੁਲ ਬਿਲਕੁਲ ਦੁਬਾਰਾ ਤੁਸੀਂ ਇੰਟਰੋਡਕਸ਼ਨ ਕਰਾਈ ਇਸ ਤੇ ਕਿਹੜਾ ਭਰਾ ਕੋਲੋ ਜੀ ਇਹਨਾਂ ਕੋਲੋਂ ਜ਼ਰਾ ਉਹ ਤਾਂ ਦੇਖੇ ਜੀ ਆਪਣੇ ਦਰਸ਼ਨ ਕਰਾਈਓ ਤੇਰੇ ਨਾਲ ਲੈ ਲਈ ਦੀ ਹੈ ਹਾਏ ਨਿੱਕੀ ਹੈ ਖਟਾ ਠੰਡਾ ਲੱਗੇ ਨਾਲ ਮਾਸ਼ਾ ਅੱਲਾ ਨਾ ਅਸਾਂ ਦੁਬਈ ਚੰਗੀ ਲੱਗਦੀ ਜੀ ਨਾ ਸੋਚੇ ਚੰਗਾ ਲੱਗਦਾ ਬਿਲਕੁਲ ਜੀ ਜ਼ਬਰਦਸਤ ਹੈ ਬਜ਼ੁਰਗ ਬੈਠੇ ਅਸਾਂ ਤੋਂ ਪਹਿਲੇ ਜਿਤਨੇ ਅਸਾਂ ਦੇ ਭਰਾ ਜਾਂ ਜਿਤਨੇ ਅਸਾਂ ਦੇ ਇਲਾਕੇ ਤੋਂ ਬਾਹਰ ਚਲੇ ਗਏ ਉਹ ਸੁਜਰੇ ਤੇ ਬਹਿ ਕੇ ਆਪਣਾ ਜ਼ਰਾ ਮੂਡ ਫਰੈਸ਼ ਕਰਦੇ ਹੁੰਦੇ ਮਾਸ਼ਾ ਅੱਲਾ ਜੀ ਹੋਰ ਵੀ ਜਾਣ ਸਾਰੇ ਅਸਾਂ ਦੇ ਇਲਾਕੇ ਦੇ ਮਾਮਲਾ ਤੇ ਸੁਜਰੇ ਵੀ ਹੱਲ ਹੁੰਦੇ ਰਹੇ ਜੀ ਝਗੜੇ ਵੀ ਹੁੰਦੇ ਰਹੇ ਨੋ ਤੇ ਚੰਗੇ ਕੰਮ ਵੀ ਹੁੰਦੇ ਰਹੇ ਮਾਸ਼ਾ ਅੱਲਾ ਜੀ ਗੱਲ ਨਹੀਂ ਅੱਲਾ ਦੇ ਹੁਕਮੇ ਨਾਲ ਇਹ ਅਸਾਂ ਦੇ ਕਿਸੇ ਭਰਾ ਨੇ ਕਮੈਂਟ ਕੀਤਾ ਇਹ ਮਸਜਿਦ ਦਾ ਕੰਮ ਹੋ ਰਿਹਾ ਹੈ ਆਓ ਜੀ ਤੋ ਤੁਸਾਂ ਜ਼ਰਾ ਥੋੜ੍ਹਾ ਜਿਹਾ ਨਕ نحمد صلی اللہ رسول الکریم اما بعد فاعوذ باللہ من الشیطان الرجیم بسم اللہ الرحمن الرحیم میرے انتہائی قابل احترام برا دوست بزرگ جڑے اساں دور دراز علاقے تو پہ دیکھتے نہ اساں سارے گا اپنے پیج تے خوش آمدید رکھنے ہیں مجیب بھائی انشاءاللہ تعالی بالکل انشاءاللہ بالکل انشاءاللہ تے پہلے اساں دے اے ذرا لاسو پار سامنے اساں مسجد دے باتھ روم نو جنن تالا لگے دا اے پانی دی کمی دی وجہ نال اساں نے اج کل تالا لائے دے کہ او جڑا نہیں تے او گھروں آندے تے آن کے تے باتھ روماں میں ناندے نو پانی ڈوڑ دے تے جس دی وجہ نال پیچھے ہوتے پے پانی دی شٹ ہو جے بالکل تے اے باتھ روم چوں دی مسجد بنی اے اے باتھ روم تب دے بنے دین تے اس ریکنسٹرکشن نہیں ہو سکے تے ہن جوں جوں آبادی بھی بڑھ دی اے تے اساں دے لوکاں دی تعداد بھی اضافہ پیا ہوندا اے تے اے جڑے چار باتھ روم نو اساں اسے ਬਜ਼ੁਰਗਾਂ ਨੇ ਮਾਸ਼ਾ ਅੱਲਾ ਅਸਾਂ ਜਾ ਦੱਸੀ ਗਏ ਤੁਸਾਂ ਨੇ ਜਿਸ ਤਰ੍ਹਾਂ ਮੁਜੀ ਬਾਈ ਜਰਾ ਪਿੱਛੇ ਕੈਮਰਾ ਲਾ ਕੇ ਦੱਸੋ ਮਾਸ਼ਾ ਅੱਲਾ ਇਹ ਅਸਾਂ ਦੀ ਹੌਸਲੇ ਦੀ ਉਹ ਜਗ੍ਹਾ ਜਿੱਥੇ ਅਸਾਂ ਹੁਣ ਅੱਲਾ ਦੇ ਹੁਕਮੇ ਨਾਲ ਮਸਜਿਦ ਅਸੀਂ ਨਵੇਂ ਬਾਥਰੂਮ ਤੇ ਬਣਾਉਂਦੇ ਹਾਂ ਇਨਸ਼ਾਅੱਲਾ ਤਾਲਾ ਇਹਦੇ 10-12 ਬਾਥਰੂਮ ਬਣ ਸੋ ਇਨਸ਼ਾਅੱਲਾ ਹਰ ਬਾਥਰੂਮ ਦੇ ਵਿੱਚ ਇੱਕ ਪਾਰਟ ਹੋਸੀ ਇਹਨਾਂ ਬਾਥਰੂਮਾਂ ਦੇ ਵਿੱਚ ਪਾਰਟ ਨਹੀਂ ਤੁਸਾਂ ਦੱਸੋ ਜਿਹੜੇ ਪਾਰਟ ਹੁੰਦੇ ਫੰਕਸ਼ਨ ਵਾਸਤੇ
ਗੀਜ਼ਰ ਵਾਲਾ ਸਿਸਟਮ ਵੀ ਗੀਜ਼ਰ ਵੀ ਲੱਗਸੀ ਇਨਸ਼ਾਅੱਲਾ ਤਾਲਾ ਪਹਿਲੇ ਦਾ ਗੀਜ਼ਰ ਅਸਾਂ ਕੋਲ ਪਾਰਲੇ ਕਮਰੇ ਵੀ ਭੇਜਦੇ ਲੇਕਿਨ ਉਹ ਗੀਜ਼ਰ ਪੁਰਾਣਾ ਹੋ ਗਿਆ ਮੇਜੀ ਭਾਈ ਅੱਛਾ ਜੀ ਤੇ ਇਨਸ਼ਾਅੱਲਾ ਹੁਣ ਮੇਜੀ ਭਾਈ ਇਹਨਾਂ ਭਰਾਵਾਂ ਦੇ ਲਾਉ ਕਰਾ ਜੀ تقریر مجھے بھائی صحیح ہوگی جیسے ماشاءاللہ ماشاءاللہ اس ہم فنش کرنے ہیں نہ اوپر لے وہ پانی نہیں اگر پیج اس میں ملو مزور بھی گزر گیا الگ مارو سگا کریو گوڑی مانو چکر لگے تیرا تنا نظر